ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਈਡੈਂਸ ਗੁਰੂ ਐਨ ਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਜੀ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਕੇਂਦਰੀ ਵਿਦਿਆਲਿਆ ਫਰੀਦਕੋਟ ਵੱਲੋਂ ਜਿਹਾ ਕੇਂਦਰੀ ਵਿਦਿਆਲਿਆ ਫਰੀਦਕੋਟ ਵੱਲੋਂ ਜੋ ਇੰਟਰਵਿਊ ਨੋਟਿਸ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਸ ਇੰਟਰਵਿਊ ਨੋਟਿਸ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ एन इंटरव्यू बिल बी कंडक्टेड एट 8:30 थर्ट ए एम इन द विद्यालय रोमास फॉर प्रपेरिंग सिलेक्ट पैनल फॉर पार्ट टाइम कंट्रक्चर टीचर्स प्योरली ऑन टैंपरेरी बेसिस इज फॉर द सेशन दो हज़ार तौ चौबी एज पर शेड्यूल गिवन बिलो तो दो हज़ार तेई चौबी के लिए पार्ट टाइम और कंट्रैक्चुर आधार पर ठेके आधार से जो टीचरस और नॉन जो नॉन टीचिंग स्टाफ है उसकी जो भर्ती की जानी है उस संबंधी जो नोटिफिकेशन जारी कर गया है ਤਾਂ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੋਸਟ ਗ੍ਰੈਜੂਏਟ ਟੀਚਰਜ਼ ਦੀ ਜੋ ਕਿ ਸਾਰੇ ਵਿਸ਼ਿਆਂ ਦੇ ਰੱਖੇ ਜਾਣੇ ਹਨ ਸਪੋਰਟਸ ਕੋਚ ਦੀ ਕੰਪਿਊਟਰ ਇਨਸਟ੍ਰਕਟਰ ਦੀ ਸਪੈਸ਼ਲ ਐਜੂਕੇਟਰ ਦੀ ਤਾਂ ਇਹਨਾਂ ਦੀ ਜੋ ਡੇਟ ਆਫ ਇੰਟਰਵਿਊ ਆ ਉਹ ਹੈ ਜੀ 23 ਮਾਰਚ 2023 ਅਗਰ ਅਸੀਂ ਗੱਲ ਕਰੀਏ ਟ੍ਰੇਨ ਗ੍ਰੈਜੂਏਟ ਟੀਚਰਜ਼ ਦੀ ਪ੍ਰਾਇਮਰੀ ਟੀਚਰਜ਼ ਦੀ ਨਰਸ ਦੀ ਕਾਉਂਸਲਰ ਦੀ ਯੋਗਾ ਇਨਸਟ੍ਰਕਟਰ ਦੀ ਤਾਂ ਇਹਨਾਂ ਦੀ ਜੋ ਡੇਟ ਆਫ ਇੰਟਰਵਿਊ ਆ ਉਹ ਹੈ ਜੀ 24 ਮਾਰਚ 2023 రిజిస్టర్ ਦੇ ਲਈ ਇਹਨਾਂ ਪੋਸਟਾਂ ਦੇ ਲਈ ਅਗਰ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਲਿੰਕ ਹੈ ਜੀ https://freecode.kvs.ac.in ਔਰ ਜੋ ਰਿਟਨ ਟੈਸਟ ਹੋਏਗਾ ਇਹ ਵੀ ਹੋ ਸਕਦਾ ਹੈ ਅਗਰ ਕੈਂਡੀਡੇਟ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਰਿਟਨ ਟੈਸਟ ਹੈ ਜੋ ਜੋ ਇੰਟਰਵਿਊ ਦਾ ਮੇਤਿਆ ਹਨ ਉਹਨਾਂ ਮੇਤਿਆਂ ਨੂੰ ਹੀ 9:00 ਵਜੇ ਹੋਏਗਾ ਲਾਸਟ ਡੇ ਟੂ ਅਪਲਾਈ ਜੋ ਹੈ ਜੀ ਉਹ ਹੈ ਜੀ 19 ਮਾਰਚ 2023 और अगर अभी फोर्थ पॉइंट देखते हो तो कैडीडेट्स ने जो इंटरव्यू के लिए जाना है तो अपने सारे ओरिजनल सर्टिफिकेट की फोटोकापी अपने एक पासपोर्ट साइज की फोटोग्राफ और जो एप्लीकेशन फॉर्म जो रजिस्टर करन लगे भरया होएगा उसकी एक ड्यूली सैनड जो कापी असू ना लेके जानी है ਔਰ ਵਧੇਰੇ ਜਾਣਕਾਰੀ ਲਈ ਜੋਸੀ kvs ਸੰਗਠਨ todnic.in ਤੇ ਵੀ ਤੁਸੀਂ ਜੋ এডਿਕੇਸ਼ਨ ਕੁਆਲਿਫਿਕੇਸ਼ਨ ਜਾਂ ਜਿੰਨੀ ਤੁਹਾਨੂੰ ਸੈਲਰੀ ਮਿਲਣੀ ਹੈ ਉਸ ਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਸੀਂ ਅੱਗੇ ਤੁਹਾਡੇ ਨਾਲ ਇਹੀ ਡਿਸਕਸ ਕਰਨ ਜਾ ਰਹੇ ਹਾਂ ਕਿ ਇਨ੍ਹਾਂ ਪੋਸਟਾਂ ਦੇ ਲਈ ਕੀ ਕੀ এডਿਕੇਸ਼ਨ ਕੁਆਲਿਫਿਕੇਸ਼ਨ ਹੈ ਔਰ ਕਿੰਨੀ ਜੋ ਤੁਹਾਨੂੰ ਸੈਲਰੀ ਉਹ ਮਿਲੇਗੀ ਹਾਂਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਪੀਜੀਟੀ ਦੀ ਪੋਸਟ ਗ੍ਰੈਜੂਏਟ ਟੀਚਰ ਦੀ ਤਾਂ ਇਹਨਾਂ ਦੇ ਲਈ ਜੋ ਕੀ ਕੀ ਐਲੀਜੀਬਿਲਟੀ ਹੈ ਔਰ कि सैलरी मिलनी है इस बारे गल कर जा रहे हाँ तो देख सकते हो कि नेचर ऑफ अपॉइंटमेंट लिखा हुआ है प्योरली कंट्रक्चुअल बेसिस जो पी जी टी पोस्ट ग्रेजुएट टीचर रखे जाने हैं यान हिंदी इंग्लिश मैथ फिजिक्स कमिस्ट्री बायोलॉजी और कंप्यूटर साइंस के लिए तो इन्हों जो अपॉइंटमेंट आरी तरह ठेकाधारित होगी टू ईयरस इंटीग्रेट पोस्ट ग्रैजुएट एम एससी कोर्स ऑफ रीजनल कॉलेज ऑफ एजुकेशन ऑफ एनसीआर टी इन द कंसर्न सबजैक्ट एम एससी जो मंगी गई है जी concerned ਵਿਸ਼ੇ ਦੇ ਵਿੱਚ اور ਮਾਸਟਰ ਡਿਗਰੀ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ ਵਿਦ ਐਟ ਲੀਸਟ 50% ਮਾਰਕਸ ਇਨ ਐਗਰੀਗੇਟ ਇਨ ਦਾ ਫੋਲੋਇੰਗ ਸਬਜੈਕਟ اور ਜਾਂ ਫਿਰ ਜੋ ਮਾਸਟਰ ਡਿਗਰੀ ਕੀਤੀ ਹੋਵੇ ਐਮਏ ਕੀਤੀ ਹੋਵੇ ਜਿਦੇ ਵਿੱਚ ਘੱਟੋ ਘੱਟ ਜੋ 50% ਜੋ ਅੰਕ ਹੈ ਉਹ ਲਾਜ਼ਮੀ ਤੌਰ ਤੇ ਕੈਂਡੀਡੇਟਸ ਵੱਲੋਂ ਲਈ ਗਏ ਹੋਣੇ ਹਨ ਕਿਹੜੇ ਕਿਹੜੇ ਵਿਸ਼ੇ ਹਨ ਜੀ ਪੀਜੀਟੀ ਇੰਗਲਿਸ਼ ਪੀਜੀਟੀ ਹਿੰਦੀ ਪੀਜੀਟੀ ਮੈਥ ਪੀਜੀਟੀ ਫਿਜ਼ਿਕਸ ਪੀਜੀਟੀ ਬਾਇਓਲੋਜੀ ਔਰ ਇਸ ਦੇ ਨਾਲ ਕੀ ਕਿਹਾ ਗਿਆ ਹੈ ਕਿ बीएड অর ਇਕੁਇਵਲੈਂਟ ਡਿਗਰੀ ਫ্রম ਰਿਕੋਗਨਾਈਜ਼ਡ ਯੂਨੀਵਰਸਿਟੀ ਕਿ ਤੁਸੀਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜੋ बीएड ਦੀ ਡਿਗਰੀ ਹੈ ਉਹ ਵੀ ਲਾਜ਼ਮੀ ਤੌਰ ਤੇ ਕੀਤੀ ਹੋਣੀ ਚਾਹੀਦੀ ਹੈ ਪ੍ਰੋਫੀਸ਼ੀਐਂਸੀ ਇਨ ਟੀਚਿੰਗ ਇਨ ਹਿੰਦੀ ਐਂਡ ਇੰਗਲਿਸ਼ ਮੀਡੀਆ ਔਰ ਜੋ ਤੁਹਾਡੀ ਮੁਹਾਰਤ ਹੈ ਉਹ ਹਿੰਦੀ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਪੜ੍ਹਾਉਣ ਦੀ ਹੋਣੀ ਲਾਜ਼ਮੀ ਹੈ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਟ੍ਰੇਨਡ ਗ੍ਰੈਜੂਏਟ ਟੀਚਰਜ਼ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨਡ ਗ੍ਰੈਜੂਏਟਸ ਟੀਚਰ ਦੇ ਲਈ ਸਾਨੂੰ ਕੀ ਕਿਹਾ ਗਿਆ ਹੈ Uh, nature of appointment purely contractual basis ke jo appointment ho puri tarah thekatdariit hobe gi aggressive qualification di gal kariye 4 years integrated degree course of regional college of education of एनसीआरटी in the concerned subject ਵਿਦ ਐਟ ਲੀਸਟ 50% ਮਾਰਕਸ ਇਨ ਐਗਰੀਗੇਟ ਤਾਂ ਇਹਦੇ ਚ ਕੀ ਕਿਹਾ ਗਿਆ ਕਿ 4 ਇਅਰਸ ਦਾ ਤੁਸੀਂ ਇੰਟੀਗ੍ਰੇਟਿਡ ਡਿਗਰੀ ਕੋਰਸ ਕੀਤਾ ਹੋਵੇ ਕਿਸੇ ਰੀਜਨਲ ਕਾਲਜ ਆਫ ਐਜੂਕੇਸ਼ਨ ਤੋਂ ਜਿਹਦੇ ਵਿੱਚ ਘੱਟ ਘੱਟ ਤੁਸੀਂ 50% ਅੰਕ ਲਏ ਹੋਣ ਜਾਂ ਫਿਰ ਬੈਚਲਰ ਡਿਗਰੀ ਵਿਦ ਐਟ ਲੀਸਟ 50% ਮਾਰਕਸ ਇਨ ਦਾ ਕੰਸਰਨ ਸਬਜੈਕਟ ਕੰਬੀਨੇਸ਼ਨ ਆਫ ਸਬਜੈਕਟ ਐਂਡ ਇਨ ਐਗਰੀਗੇਟ ਦਾ ਇਲੈਕਟਿਵ ਸਬਜੈਕਟ ਐਂਡ ਲੈਂਗੁਏਜ ਇਨ ਦਾ ਕੰਬੀਨੇਸ਼ਨ ਆਫ ਸਬਜੈਕਟ ਆਰ ਐਸ ਐਂਡਰ ਔਰ ਜਾਂ ਫਿਰ ਤੁਸੀਂ ਜੋ ਬੀਏ ਦੀ ਡਿਗਰੀ ਹੈ ਉਸ ਦੇ ਵਿੱਚ 50% ਅੰਕ ਲਏ ਹੋ ਤਾਂ ਕਿਹੜੇ ਕਿਹੜੇ ਪੋਸਟਰ ਹਨ ਜੀ TGT ਇੰਗਲਿਸ਼ ਹੈ ਜੀ ਤੇ ਚਾਹਣਾ ਕਿ ਇੰਗਲਿਸ਼ ਹੈ ਜੇ ਸਬਜੈਕਟ ਔਨ 올 ਦਾ 3 ইয়ার্স ਕਿ ਗ੍ਰੈਜੂਏਸ਼ਨ ਦੇ ਤਿੰਨ ਸਾਲਾਂ ਦੇ ਵਿੱਚ ਤੁਹਾਡੇ ਕੋਲ ਅੰਗਰੇਜ਼ੀ ਇਹ ਲਾਜ਼ਮੀ ਵਿਸ਼ੇ ਦੇ ਤੌਰ ਤੇ ਹੋਣੀ ਜ਼ਰੂਰੀ ਹੈ ਇਸ ਤਰ੍ਹਾਂ TGT ਹਿੰਦੀ ਹੈ TGT SS ਹੈ TGT ਸਾਇੰਸ ਹੈ DGT ਸੰਸਕ੍ਰਿਤ ਹੈ DGT ਮੈਥ ਹੈ ਤਾਂ ਇਹ 6 ਵਿਸ਼ਿਆਂ ਦੇ ਲਈ ਜੋ ਅਲੱਗ-ਅਲੱਗ ਜੋ ਕੁਆਲੀਫਿਕੇਸ਼ਨ ਹੈ ਜੋ ਵਿਦਿਗੋਤਾ ਹੈ ਉਹ ਜੋ ਗ੍ਰੈਜੂਏਸ਼ਨ ਮੰਗੀ ਗਈ ਹੈ ਔਰ ਜਿਹਦੇ ਵਿੱਚ ਸੁੰਦਰ ਜੋ ਵਿਸ਼ਾ ਹੈ ਉਹ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ ਕੋਲ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ ਔਰ ਇਹਦੇ ਵਿੱਚ ਸਿਰਫ ਤੇ ਸਿਰਫ ਐਸਐਸ ਦੇ ਲਈ ਜੋ ਵਿਸ਼ੇਸ਼ ਤੌਰ ਤੇ ਕਿਹਾ ਗਿਆ ਕਿ ਐਸਐਸ ਦੇ ਤੁਹਾਡੇ ਕੋਲ ਘੱਟੋ ਘੱਟ ਦੋ ਵਿਸ਼ੇ ਜੋ ਗ੍ਰੈਜੂਏਸ਼ਨ ਦੇ ਵਿੱਚ ਹੋਣੇ ਜ਼ਰੂਰੀ ਹਨ ਅੱਗੇ ਸੀ ਗੱਲ ਕਰਦੇ ਹਾਂ ਜੀ ਪੀਆਰਟੀ ਦੀ ਭਾਵ ਕਿ ਪ੍ਰਾਇਮਰੀ ਟੀਚਰ ਦੀ ਤਾਂ ਪ੍ਰਾਇਮਰੀ ਟੀਚਰ ਦੇ ਵਿੱਚ ਲਈ ਸਾਨੂੰ ਕੀ ਕਿਹਾ ਗਿਆ ਹੈ ਕਿ ਨੇਚਰ ਆਫ ਅਪੁਆਇੰਟਮੈਂਟ ਪਿਓਰਲੀ ਕੰਟਰੈਕਚੁਅਲ ਬੇਸਿਸ ਕੀ ਇਹਦੀ ਵੀ ਜੋ ਅਪੁਆਇੰਟਮੈਂਟ ਆ ਹੋ ਪੂਰੀ ਤਰ੍ਹਾਂ ਠੇਕੇਦਾਰੀਤ ਹੋਏਗੀ ਔਰ ਕੀ ਕੀ ਯੋਗਤਾ ਮੰਗੀ ਗਈ ਹੈ ਸੀਨੀਅਰ ਸੈਕੰਡਰੀ ਸਕੂਲ ਸਰਟੀਫਿਕੇਟ ਵਿਦ 50% ਮਾਰਕਸ ਇਨ ਇੰਟਰਮੀਡੀਏਟ ਵਿਦ 50% ਮਾਰਕਸ অর ਇਟਸ ਇਕੁਇਵਲੈਂਟ ਕਿ ਤੁਹਾਡੇ ਕੋਲ ਜੋ 12ਵੀਂ ਪੱਧਰ ਦੀ ਜੋ ਪ੍ਰੀਖਿਆ ਹੈ ਉਹਦੇ ਵਿੱਚ ਤੁਸੀਂ ਘੱਟੋ-ਘੱਟ 50% ਅੰਕ ਪ੍ਰਾਪਤ ਕੀਤੇ ਹੋਣ ਡਿਪਲੋਮਾ ਆਫ ਸਰਟੀਫਿਕੇਟ ਇਨ ਬੇਸਿਸ ਟੀਚਰਸ ਟ੍ਰੇਨਿੰਗ ਆਫ ਡਿਊਰੇਸ਼ਨ ਆਫ નોਟ ਲੈਸ ਥੈਨ 2 ইয়ারਸ অর ਬੀ ਐਲ ਐਡੀ ਕਿ ਤੁਸੀਂ 2 ਸਾਲ ਦਾ ਘੱਟੋ-ਘੱਟ ਜੋ ਡਿਪਲੋਮਾ ਕੀਤਾ ਹੋਵੇ এডਿਕੇਸ਼ਨ ਦੇ ਵਿੱਚ ਜਾ ਫਿਰ ਜੋ 2 ਸਾਲ ਦਾ ਜੋ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਦਾ ਜੋ ਕੋਰਸ ਆ ਉਹ لازਮੀ ਤੌਰ ਤੇ ਕੀਤਾ ਹੋਵੇ ਤੀਸਰਾ ਪੁਆਇੰਟ ਹੈ ਜੀ ਪਾਸ ਇਨ ਸੈਂਟਰਲ ਟੀਚਰ एलिजिਬਿਲਟੀ ਟੈਸਟ ਪੇਪਰ 1 ਕੇ ਤੁਸੀਂ ਜੋ ਸਿਟੈਟ ਦਾ ਜੋ ਸੈਂਟਰਲ एलिजिਬਿਲ ਟੈਸਟ ਆ ਉਹ ਦਾ ਪੇਪਰ 1 ਆ ਜੋ ਪਾਸ ਕੀਤਾ ਹੋਵੇ ਔਰ ਚੌਥਾ ਹੈ ਜੀ ਕੰਪੀਟੈਂਸ ਟੂ ਟੀਚ ਥਰੂ ਹਿੰਦੀ ਐਂਡ ਇੰਗਲਿਸ਼ মিডিਆ ਕਿ ਤੁਸੀਂ ਹਿੰਦੀ ਔਰ ਇੰਗਲਿਸ਼ ਦੇ ਵਿੱਚ ਤੁਹਾਨੂੰ ਜੋ ਪੜਾਉਣ ਦੀ ਜੋ ਮਹਾਰਤ ਹੈ ਉਹ ਹੋਣੀ ਚਾਹੀਦੀ ਹੈ ਡਿਜ਼ਾਇਰੇਬਲ ਹੈ ਜੀ ਨੋਲੇਜ ਆਫ ਕੰਪਿਊਟਰ ਐਪਲੀਕੇਸ਼ਨ ਕਿ ਤੁਹਾਨੂੰ ਜੋ ਕਰ ਕੰਪਿਊਟਰ ਐਪਲੀਕੇਸ਼ਨ ਦੀ ਜੋ ਨੋਲੇਜ ਹੈ ਤਾਂ ਉਹ ਇੱਕ ਤੁਹਾਡਾ ਪਲੱਸ ਪੁਆਇੰਟ ਹੋਏਗਾ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸਟਾਫ ਨਰਸ ਦੀ ਤਾਂ ਸਟਾਫ ਨਰਸ ਦੇ ਲਈ ਸਾਨੂੰ ਕੀ ਕਿਹਾ ਗਿਆ ਹੈ ਜੋ ਇਸ ਜੀਰੋ ਨੈਚਰ ਆਫ ਅਪਾਇੰਟਮੈਂਟ ਹੈ ਵੀ ਕੰਟਰੈਕਚੁਅਲ ਬੇਸਿਸ ਹੋਵੇਗੀ ਰਿਮਨਰੇਸ਼ਨ ਦੀ ਗੱਲ ਕਰੀਏ ਐਸ ਪਰ ਕੇਵੀਐਸ ਰੂ ਸਾਨੂੰ ਜੋ ਸੈਲਰੀ ਦਿੱਤੀ ਜਾਏਗੀ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਹਾਂ ਡਿਪਲੋਮਾ ਇਨ ਨਰਸਿੰਗ ਡਿਪਲੋਮਾ ਇਨ ਜਨਰਲ ਨਰਸਿੰਗ ਐਂਡ ਮਿਡਵਾਈਫ ਕਿ ਤੁਹਾਡਾ ਜੋ ਨਰਸਿੰਗ ਦੇ ਵਿੱਚ ਜਾਂ ਜਨਰਲ ਨਰਸਿੰਗ ਔਰ ਮੈਡੋਵਾਇਫ ਦੇ ਵਿੱਚ ਡਿਪਲੋਮਾ ਹੋਣਾ ਜ਼ਰੂਰੀ ਹੈ ਅੱਗੇ ਗੱਲ ਕਰਦੇ ਹਾਂ ਜੀ ਮੈਡੀਕਲ ਅਫੀਸਰ ਦੀ ਜਿਹਦੇ ਨੂੰ ਮੈਡੀਕਲ ਡਾਕਟਰ ਵੀ ਕਹਿੰਦੇ ਆ ਇਹ ਵੀ ਕੰਟਰੈਕਚੁਅਲ ਬੇਸਿਸ ਹੈ ਸੈਲਰੀ ਜੋ ਹੈ ਕੇਵੀਐਸ ਰੂਲਸ ਅਕੋਰਡਿੰਗ ਹੋਏਗੀ ਤਾਂ ਇਸਦੇ ਲਈ ਜੋ ਕੁਆਲਿਫੀਕੇਸ਼ਨ ਰੱਖੀ ਹੋਇਆ ਐਮਬੀਬੀਐਸ ਅਲੋਂਗ ਵਿਦ ਦਾ ਰਿਸਟ੍ਰੇਸ਼ਨ ਵਿਦ ਦਾ ਮੈਡੀਕਲ ਕਾਉਂਸਲ ਆਫ ਇੰਡੀਆ ਐਮਬੀਬੀਐਸ ਦੀ ਜੋ ਯੋਗਤਾ ਰੱਖੀ ਗਈ ਹੈ ਔਰ ਜੋ ਐਮਬੀਬੀਐਸ ਦੀ ਜੋ ਯੋਗਤਾ ਹੈ ਉਹ ਮੈਡੀਕਲ ਕਾਉਂਸਲ ਆਫ ਇੰਡੀਆ ਤੋਂ ਰਿਸਟਰਡ ਹੋਣੀ ਜ਼ਰੂਰੀ ਨੈਕਸਟ ਪੋਸਟ ਹੈ ਜੀ ਗਾਈਡੈਂਸ ਕਾਉਂਸਲਰ ਦੀ ਇਹ ਵੀ ਕੰਟਰੈਕਚੁਅਲ ਦੇ ਆਧਾਰ ਤੇ ਹੈ ਸੈਲਰੀ ਹੈ ਜੋ ਕੇਵੀਐਸ ਰੂਲਸ ਅਕੋਰਡਿੰਗ ਹੋਏਗੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਬੀਏ ਬੀਐਸਸੀ ਸਾਈਕੋਲੋਜੀ ਦੇ ਵਿੱਚ ਵਿਦ ਸਰਟੀਫਿਕੇਟ ਆਫ ਡਿਪਲੋਮਾ ਐਂਡ ਕਾਉਂਸਲਿੰਗ ਕਿ ਤੁਸੀਂ ਬੀਏ ਜਾਂ ਬੀਐਸਸੀ ਹੋਣਾ ਚਾਹੀਦਾ ਹੋ ਸਾਈਕੋਲੋਜੀ ਵਿਸ਼ੇ ਦੇ ਨਾਲ ਔਰ ਤੁਹਾਡੇ ਕੋਲ ਜੋ ਡਿਪਲੋਮਾ ਹੈ ਕਾਉਂਸਲਿੰਗ ਦੇ ਵਿੱਚ ਹੋਣਾ ਚਾਹੀਦਾ ਹੈ ਡਿਜ਼ਾਇਰੇਬਲ ਕੀ ਹੈ ਜੀ ਮਿਨਿਮਮ ਹੋ 1 ਇਅਰ ਐਕਸਪੀਰੀਅੰਸ ਇਨ ਪ੍ਰੋਵਾਈਡਿੰਗ ਕੈਰੀਅਰ এডਿਕੇਸ਼ਨ ਕਾਉਂਸਲਿੰਗ ਟੂ ਸਟੂਡੈਂਟ ਐਟ ਸਕੂਲ ਕਿ ਤੁਸੀਂ ਘੱਟੋ ਘੱਟ 1 ਸਾਲ ਦੇ ਲਈ ਕਿਸੇ ਸਕੂਲ ਦੇ ਵਿੱਚ ਬੱਚਿਆਂ ਨੂੰ ਜੋ ਗਾਈਡੈਂਸ ਕਾਉਂਸਲਿੰਗ ਦਿੱਤੀ ਹੋਵੇ ਔਰ ਵਰਕਿੰਗ ਨੋਲੇਜ ਐਂਡ ਐਕਸਪੀਰੀਅੰਸ ਇਨ ਪਲੇਸਮੈਂਟ ਬਿਊਰੋਜ਼ ਜਾਂ ਫਿਰ ਕਿਸੇ ਪਲੇਸਮੈਂਟ ਬਿਊਰੋ ਦੇ ਵਿੱਚ ਤੁਹਾਨੂੰ ਕੰਮ ਕਰਨ ਦਾ ਜੋ ਤਜਰਬਾ ਹੋਵੇ ਔਰ ਰਜਿਸਟ੍ਰੇਸ਼ਨ ਵਿਦ ਰੀਹੈਬਿਲੇਸ਼ਨ ਕਾਉਂਸਲ ਆਫ ਇੰਡੀਆ ਐਸੋਕੇਸ਼ਨਲ ਕਾਉਂਸਲਰ ਜੇਕਰ ਤੁਸੀਂ ਕਿਸੇ ਰੀਹੈਬਿਲੇਸ਼ਨ ਕਾਉਂਸਲ ਦੇ ਵਿੱਚ ਬਤੌਰ ਓਕੇਸ਼ਨਲ ਕਾਉਂਸਲਰ ਤੁਸੀਂ ਸੇਵਾ ਨਿਭਾਈ ਹੋਵੇ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਕੰਪਿਊਟਰ ਇਨਸਟ੍ਰਕਟਰ ਦੀ ਤਾਂ ਕੰਪਿਊਟਰ ਇਨਸਟ੍ਰਕਟਰ ਦੇ ਲਈ ਕੀ ਕੀ ਯੋਗਤਾਵਾਂ ਰੱਖੀਆਂ ਗਈਆਂ ਹਨ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਇਹਦੀ ਵੀ ਜੋ ਨੇਚਰ ਆਫ ਅਪointment ਹੈ ਉਹ ਕੰਟਰੈਕਟ ਸਾਰਿਤ ਹੈ ਜੀ ਸੈਲਤੀ ਹੈ ਜੋ ਕੇਵੀਐਸ ਰੂਲਸ ਦੇ ਅਕੋਰਡਿੰਗ ਹੋਏਗੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਬੀਈ ਔਰ ਬੀਟੈਕ ਕੰਪਿਊਟਰ ਸਾਇੰਸ ਦੇ ਵਿੱਚ ਤੁਸੀਂ ਕੀਤੀ ਹੋਣੀ ਚਾਹੀਦੀ ਹੈ BCA, MCA, MSc ਇਲੈਕਟ੍ਰੋਨਿਕ ਵਿਦ ਕੰਪਿਊਟਰ ਸਾਇੰਸ ਔਰ MSc IT ਤੁਹਾਡੀ ਕੀਤੀ ਹੋਣੀ ਜ਼ਰੂਰੀ ਹੈ ਅਗਰ ਤੁਹਾਡੇ ਕੋਲ ਇਹ ਯੋਗਤਾ ਨਹੀਂ ਹੈ ਤਾਂ ਤੁਸੀਂ ਬੈਚਲਰ ਮਾਸਟਰ ਡਿਗਰੀ ਇਨ ਐਨੀ ਸਾਇੰਸ ਸਬਜੈਕਟ ਹੋ ਸਕਦੇ ਹੋ ਮੈਥਮੈਟਿਕਸ ਹੋ ਸਕਦੇ ਹੋ ਫ੍ਰੋਮ ਰੀਕੋਗਨਾਈਜ਼ਡ ਯੂਨੀਵਰਸਿਟੀ ਤੋਂ ਵਿਦ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਫ੍ਰੋਮ ਗਵਰਨਮੈਂਟ ਰੀਕੋਗਨਾਈਜ਼ਡ ਯੂਨੀਵਰਸਿਟੀ ਇੰਸਟੀਚਿਊਟ ਔਰ ਇਸ ਦੇ ਨਾਲ ਤੁਸੀਂ ਜੋ ਪੋਸਟ ਗ੍ਰੈਜੂਏਟ ਪੱਧਰ ਦਾ ਜੋ ਕੰਪਿਊਟਰ ਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਡਿਪਲ ਜ਼ਰੂਰੀ ਹੈ ਅਗਰ ਇਹ ਵੀ ਨਹੀਂ ਹੈ ਤਾਂ ਫਿਰ ਤੁਹਾਡੇ ਕੋਲ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਇਨ ਐਨੀ ਸਬਜੈਕਟ ਵਿਦ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਫਾਰਮ ਗਵਰਨਮੈਂਟ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਜੇ ਫਿਰ ਤੁਹਾਡੇ ਕੋਲ ਓ ਲੈਵਲ ਦਾ ਜੋ ਸਰਟੀਫਿਕੇਟ ਹੈ ਉਹ ਹੋਣਾ ਚਾਹੀਦਾ ਹੈ ਅਗਰ ਇਹ ਵੀ ਯੋਗਤਾ ਵੀ ਨਹੀਂ ਹੈ ਤਾਂ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਸੇ ਵੀ ਵਿਸ਼ੇ ਦੇ ਵਿੱਚ ਵਿਦ ਮਿਨੀਮਮ ਏ ਲੈਵਲ ਜੋ ਸਰਟੀਫਿਕੇਟ ਹੈ ਤੁਹਾਡੇ ਕੋਲ ਉਹ ਹੋਣਾ ਜ਼ਰੂਰੀ ਹੈ ਅੱਗੇ ਜੋ ਪੋਸਟ ਹੈ ਜੀ ਉਹ ਹੈ ਕਲਾਸਿਕਲ ਡਾਂਸ ਦੀ ਇਹਦੇ ਜਿ ਭਾਰਤ ਨਾਟ్యం ਔਰ ਕੋਚੀਪੂਡੀ ਨੇ ਸ਼ਾਮਲ ਕੀਤਾ ਗਿਆ ਹੈ ਇਹ ਵੀ ਬਿਲਕੁਲ ਜੋ ਪੋਸਟਾਂ ਹਨ ਇਹ ਵੀ ਕੰਟਰੈਕਟ ਦੇ ਆਧਾਰ ਤੇ ਹਨ ਸੈਲਰੀ ਹੈ ਜੋ ਕੇਵੀਐਸ ਰੂਲਸ ਦੇ ਅਕੋਰਡਿੰਗ ਹੋਏਗੀ ਇਹਦੇ ਲਈ ਜੋ ਕੁਆਲਿਫੀਕੇਸ਼ਨ ਹੈ ਜੀ ਉਹ ਹੈ ਸੀਨੀਅਰ ਸੈਕੰਡਰੀ ਸਕੂਲ ਪਲੱਸ 2 ਲੈਵਲ ਦੀ ਜੀ ਜੋ ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ 50% ਅੰਕਾਂ ਦੇ ਨਾਲ ਔਰ ਬੈਚਲਰ ਡਿਗਰੀ ਔਰ ਡਿਪਲੋਮਾ ਇਨ ਡਾਂਸ ਔਰ ਇਕੁਇਵਲੈਂਟ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਉਹ ਤੁਹਾਡੇ ਕੋਲ ਜੋ ਗ੍ਰੈਜੂਏਸ਼ਨ ਪੱਧਰ ਦੀ ਜੋ ਡਾਂਸ ਦੀ ਜੋ ਡਿਗਰੀ ਹੈ ਉਹ ਵੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਕੰਪੀਟੈਂਸ ਟੂ ਟੀਚ ਥਰੂ ਇੰਗਲਿਸ਼ ਐਂਡ ਹਿੰਦੀ ਮੀਡੀਆ ਔਰ ਤੁਹਾਡੇ ਵਿੱਚ ਇਹ ਮੁਹਾਰਤ ਹੋਣੀ ਚਾਹੀਦੀ ਹੈ ਕਿ ਤੁਸੀਂ ਹਿੰਦੀ ਔਰ ਇੰਗਲਿਸ਼ ਦੋਨਾਂ ਦੇ ਵਿੱਚੋਂ ਪੜਾ ਸਕੋ ਡਿਜ਼ਾਇਰੇਬਲ ਹੈ ਜੀ ਨੌਲੇਜ ਆਫ ਕੰਪਿਊਟਰ ਕੰਪਿਊਟਰ ਦੀ ਜੋ ਯੋਗਤਾ ਹੈ ਉਹ ਉਹਨਾਂ ਵੱਲੋਂ ਡਿਜ਼ਾਇਰੇਬਲ ਕੀਤੀ ਗਈ ਹੈ ਨੈਕਸਟ ਪੋਸਟ ਹੈ ਜੀ ਇਨਸਟਰੂਮੈਂਟਲ 뮤직 ਦੀ ਇਨਸਟਰੂਮੈਂਟਲ 뮤직 ਦੇ ਲਈ ਜੋ ਯੋਗਤਾ ਹੈ ਸੀਨੀਅਰ ਸੈਕੰਡਰੀ ਦੀ ਸਰਟੀਫਿਕੇਟ ਵਿਦ 50% ਮਾਰਕਸ ਔਰ ਇੰਟਰਮੀਡੀਏਟ ਵਿਦ 50% ਮਾਰਕਸ অর ਏ ਇਕੁਇਵਲੈਂਟ ਐਂਡ ਬੈਚਲਰ ਡਿਗਰੀ অর ਡਿਪਲੋਮਾ ਇਨ ਇਨਸਟਰੂਮੈਂਟਲ 뮤직 অর ਇਕੁਇਵਲੈਂਟ ਫਰੋਮ ਏ ਰਿਕੋਨਾਈਜ਼ਡ ਯੂਨੀਵਰਸਿਟੀ ਤਾਂ ਤੁਹਾਡੇ ਕੋਲ ਜੋ ਪਲੱਸ 2 ਲੈਵਲ ਦੀ ਯੋਗਤਾ ਹੋਣੀ ਚਾਹੀਦੀ ਹੈ 50% ਅੰਕਾਂ ਦੇ ਨਾਲ ਔਰ ਤੁਸੀਂ ਜੋ ਇਨਸਟਰੂਮੈਂਟਲ 뮤직 ਦੇ ਵਿੱਚ ਜੋ ਗ੍ਰੈਜੂਏਸ਼ਨ ਪੱਧਰ ਦੀ ਯੋਗਤਾ ਲਾਜ਼ਮੀ ਤੌਰ ਤੇ ਹਾਸਲ ਕੀਤੀ ਹੋਣੀ ਜ਼ਰੂਰੀ ਹੈ ਨੈਕਸਟ ਪੁਆਇੰਟ ਹੈ ਜੀ ਕੰਪੀਟੈਂਸ ਟੂ ਟੀਚ ਥਰੂ ਇੰਗਲਿਸ਼ ਹਿੰਦੀ ਮੀਡੀਆ ਤੁਹਾਡੇ ਵਿੱਚ ਜੋ ਹਿੰਦੀ ਔਰ ਇੰਗਲਿਸ਼ ਦੋਨਾਂ ਦੇ ਵਿੱਚ ਪੜਾਉਣ ਦੀ ਮਹਾਰਤ ਹੋਣੀ ਗਈ ਹੈ ਨੈਕਸਟ ਜੋ ਪੋਸਟ ਹੈ ਜੀ ਉਹ ਹੈ ਜੀ ਸਪੋਰਟਸ ਕੋਚ ਦੀ ਸਪੋਰਟਸ ਕੋਚ ਦੀ ਜੋ ਪੋਸਟ ਹੈ ਇਹ ਵੀ ਬਿਲਕੁਲ ਠੇਕਾਦਾਰਿਤ ਹੈ ਸੈਲਰੀ ਕੇਬੀਐਸ ਰੂਜ਼ ਰਿਕੋਰਡਿੰਗ ਹੋਏਗੀ ਯੋਗਤਾ ਦੀ ਗੱਲ ਕਰੀਏ ਬੈਚਲਰ ਡਿਗਰੀ ਇਨ ਫਿਜ਼ੀਕਲ ਐਜੂਕੇਸ਼ਨ ਕਿ ਤੁਹਾਡੇ ਕੋਲ ਜੋ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਔਰ ਜਾਫਰੇਸੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਜਿਸ ਵਿੱਚ ਤੁਸੀਂ ਘੱਟੋ ਘੱਟ ਜੋ 50% ਅੰਕ ਜੋ ਹਾਸਲ ਕੀਤੇ ਹੋਣ ਅਗਲੀ ਪੋਸਟ ਜੋ ਹੈ ਜੀ ਉਹ ਹੈ ਜੀ ਯੋਗਾ ਟੀਚਰ ਦੀ ਅਗਰ ਅਸੀਂ ਯੋਗਾ ਟੀਚਰ ਦੀ ਗੱਲ ਕਰੀ ਤਾਂ ਇਸ ਦੇ ਲਈ ਇਹ ਵੀ ਜੋ ਠੇਕਾਦਾਰੀਤ ਪੋਸਟ ਹੈ ਸੈਲਰੀ ਜੋ ਹੈ ਕੇਬੀਐਸ ਰੂਲ ਅਕੋਰਡਿੰਗ ਹੋਏਗੀ ਔਰ ਕੁਆਲਿਫਿਕੇਸ਼ਨ ਦੀ ਗੱਲ ਕਰੀ ਤਾਂ ਗ੍ਰੈਜੂਏਸ਼ਨ ਜੋ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਡਿਸਪਲਿਨ ਦੇ ਵਿੱਚ ਔਰ ਤੁਹਾਡੇ ਜੋ ਯੋਗਾ ਤੁਹਾਡੇ ਕੋਲੇ ਲਾਜ਼ਮੀ ਤੌਰ ਤੇ ਗ੍ਰੈਜੂਏਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਸਪੈਸ਼ਲ ਜੋ ਪ੍ਰੋਵੀਜ਼ਨ ਕੀਤੀ ਗਈ ਹੈ ਰੈਲੈਕਸੇਸ਼ਨ ਇਨ ਸੀਟੈਟ ਇਨ ਦਾ ਐਬਸੈਂਸ ਆਫ ਸੀਟੈਟ ਕੁਆਲੀਫਾਈਡ ਕੰਕੀਡ ਕੈਂਡੀਡੇਟਸ ਵਿਦਾਊਟ ਸੀਟੈਟ ਕੁਆਲੀਫਿਕੇਸ਼ਨ ਮੇ ਬੀ ਕਨਸੀਡਰਡ ਔਨ ਮੈਰਿਟ ਇਨ ਦਾ ਸਿਲੈਕਸ਼ਨ ਐਂਡ ਇਫ ਅਦਰਵਾਈਜ਼ ਐਲੀਜੀਬਲ ਐਸ ਪਰ ਕੇਵੀਐਸ ਰਿਕਰੂਟਮੈਂਟ ਰੂਲਸ ਅਗਰ ਤੁਹਾਡੇ ਕੋਲ ਜੋ ਸੀਟੈਟ ਦਾ ਜੋ ਕੁਆਲੀਫਾਈਂਗ ਟੈਸਟ ਤੁਸੀਂ ਨਹੀਂ ਕੀਤਾ ਪਿਆ ਔਰ ਅਗਰ ਇਸ ਤਰ੍ਹਾਂ ਦੇ ਕੈਂਡੀਡੇਟਸ ਜਿਨ੍ਹਾਂ ਨੇ ਸੀਟੈਟ ਦਾ ਟੈਸਟ ਕੁਆਲੀਫਾਈ ਨਹੀਂ ਕੀਤਾ ਪਿਆ ਉਹ ਨਹੀਂ ਪਹੁੰਚਦੇ ਉੱਤੇ ਤਾਂ ਜੋ ਬਿਨਾ ਸੀਟੈਟ ਤੋਂ ਜੋ ਕੈਂਡੀਡਟਸ ਹਨ ਉਹਨਾਂ ਨੂੰ ਵੀ ਇਹਨਾਂ ਪੋਸਟਾਂ ਦੇ ਲਈ ਵਿਚਾਰਿਆ ਜਾਏਗਾ ਤਾਂ ਅਗਰ ਤੁਸੀਂ ਸੀਟੈਟ ਦਾ ਟੈਸਟ ਕੁਆਲੀਫਾਈ ਨਹੀਂ ਕੀਤਾ ਤਾਂ ਤਾਂ ਵੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਬਿਨਾ ਲਾਸਟ ਡੇਟ ਦੀ ਉਡੀਕ ਕੀਤਿਆਂ ਜਲਤੋ ਜਲਦ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਔਰ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮਚ